ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੇ ਮਾਈਕ ਲੈ ਕੇ ਆਏ, ਲੀਓ ਕਿੰਗ ਕੰਪਨੀ ਨੰਬਰ 1 ਕੰਪਨੀ ਦਾ ਇੰਸਟਰੂਮੈਂਟਲ ਦਾ ਮਾਈਕ ਹੈ। ਨਾਲ ਰੇਟ ਵਗੈਰਾ ਆਪਾਂ ਡੱਬਿਆਂ ਦੇ ਉੱਪਰ ਹੀ ਲਿਖ ਰੱਖਿਆ ਹੈ। ਅਤੇ ਦੂਸਰਾ ਮਾਈਕ ਚੈੱਕ ਕਰੋਗੇ, ਇੰਸਟਰੂਮੈਂਟਲ ਵਾਸਤੇ ਨਵਾਂ ਮਾਡਲ ਆਇਆ। ਤੁਸੀਂ ਇਸ ਮਾਈਕ ਨੂੰ ਕਿਸੇ ਵੀ ਬਾਜ਼ਾਰ ਦੀ ਕੰਪਨੀ ਨਾਲ ਚੈੱਕ ਕਰ ਸਕਦੇ ਜੇ, ਉਹਦੇ ਨਾਲੋਂ ਡਬਲ ਕੁਆਲਿਟੀ ਦਾ ਮਾਈਕ ਹੈ। ਉਸ ਤੋਂ ਬਾਅਦ 660 ਨੰਬਰ ਹੈ ਜੀ। ਉਸ ਤੋਂ ਬਾਅਦ ਮਾਈਕ ਚੈੱਕ ਕਰੋ, ਇਹ ਪੇਅਰ ਆਉਂਦਾ ਜੀ 600 ਨੰਬਰ ਔਰ 280 ਨੰਬਰ। ਮਾਰਕੀਟ 'ਚ ਇਹੀ ਮਾਈਕ ਤੁਹਾਨੂੰ 2-2 ਹਜ਼ਾਰ ਰੁਪਏ ਦੇ ਮਿਲਦੇ ਆ, ਪਰ ਇਹਨਾਂ ਦੀ ਕੁਆਲਿਟੀ ਉਹਨਾਂ ਨਾਲੋਂ ਵੀ ਵਧੀਆ, ਅਤੇ ਪ੍ਰਾਈਸ ਚੈੱਕ ਕਰ ਸਕਦੇ ਜੇ, ਅੱਧੇ ਪ੍ਰਾਈਜ਼ ਉਹਨਾਂ ਨਾਲੋਂ। ਇਹ ਮਾਰਕੀਟ 'ਚ ਮਾਈਕ ਵਿਕਦਾ ਦੋਸਤੋ ਬੀਟਾ ਦਾ 58, ਔਰ ਤੁਸੀਂ ਚੈੱਕ ਕਰੋਗੇ ਨਾ, ਇਹਨਾਂ ਦੇ ਵਿੱਚ ਸਿੰਗਲ ਕੋਇਲ ਹੁੰਦੀ ਹੈ, ਇੱਥੇ ਕੰਪਨੀ ਨੇ ਟੇਪ ਲਗਾ ਰੱਖੀ ਹੈ ਆਪਣੇ ਮਾਈਕ ਦੇ ਅੰਦਰ, ਤੁਸੀਂ ਚੈੱਕ ਕਰ ਸਕਦੇ ਜੇ, ਡਬਲ ਕੋਇਲ ਹੈ। ਇਹ ਆਪਣੇ ਵਾਲਾ ਮਾਈਕ ਲੈ ਕੇ ਤੁਸੀਂ 58, ਭਾਵੇਂ ਤੁਸੀਂ ਮੇਨ ਸਿੰਗਰ ਨੂੰ ਵੀ ਦੇ ਦਿਓਗੇ ਤਾਂ ਉਹ ਵੀ ਇਹਦੇ 'ਤੇ ਗਾ ਲਏਗਾ। ਉਸ ਤੋਂ ਬਾਅਦ 850 ਰੁਪਏ ਵਾਲਾ ਮਾਈਕ ਹੈ, 825 ਨੰਬਰ। ਫਿਰ D5 ਮਾਈਕ ਆ ਜਾਂਦਾ, ਤੁਸੀਂ ਚੈੱਕ ਕਰ ਸਕਦੇ ਜੇ। ਉਸ ਤੋਂ ਬਾਅਦ D6 ਹੈ, ਜਿਹਦੇ ਨਾਲ ਤੁਹਾਨੂੰ ਇੱਕ ਲੀਡ ਵੀ ਮਿਲ ਜਾਂਦੀ ਹੈ। ਉਸ ਤੋਂ ਬਾਅਦ ਮਾਈਕ ਆਉਂਦਾ D11 ਮਾਡਲ, ਇਹ ਸਭ ਤੋਂ ਖਤਰਨਾਕ ਮਾਈਕ ਹੈ। ਤੁਸੀਂ ਇਹਦੀ ਕਾਟਰੇ ਦੇਖੋਗੇ ਤਾਂ ਹੈਰਾਨ ਹੋ ਜਾਓਗੇ, ਦੇਖ ਸਕਦੇ ਜੇ, ਡਬਲ ਕੋਇਲ ਦੀ ਹੈ ਔਰ ਸਾਈਜ਼ ਦੇਖੋ ਕਾਟਰੇ ਦਾ। ਆਮ ਮਾਈਕਾਂ ਦੇ ਅੰਦਰ ਇਸ ਤਰ੍ਹਾਂ ਦੀ ਕਾਟਰੇਜ ਹੁੰਦੀ, ਦਿੰਦੇ ਫਰਕ ਦੇਖ ਸਕਦੇ ਜੇ। ਔਰ ਇੱਕ ਇਹ ਡਰੰਮ ਕਿੱਟ ਹੈ ਜੋ ਕਿ ਤੁਹਾਨੂੰ ਫਲੈਟ ਕੇਸ ਵੀ ਨਾਲ ਮਿਲੇਗਾ ਇਹਦੇ ਨਾਲ, ਔਰ 7 ਮਾਈਕ ਮਿਲ ਜਾਣਗੇ। ਦੋਸਤੋ ਮਾਈਕ ਮੰਗਾਉਣ ਵਾਸਤੇ ਸਕਰੀਨ 'ਤੇ ਆਪਣਾ ਨੰਬਰ ਦਿੱਤਾ ਗਿਆ, ਘਰ ਬੈਠੇ ਕੋਰੀਅਰ ਰਾਹੀਂ ਵੀ ਮੰਗਾ ਸਕਦੇ।